ਸਤਿ ਸ਼੍ਰੀ ਅਕਾਲ, ਕੀ ਹਾਲ? ਠੀਕ ਠਾਕ ਹੋ ਸਾਰੇ? ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋ ਗਏ ਅਤੇ ਮੈਂ ਵੀ ਠੀਕ ਹਾਂ। ਆਪਾਂ ਆਏ ਸੀ ਜੀ ਗੱਡੀ ਭਰ ਕੇ ਪਠਾਨਕੋਟ ਹਿਮਾਚਲ। ਰਾਤ ਤੁਰੇ ਸੀ ਆਪਾਂ ਘਰੋਂ ਕੋਈ 9-10 ਵਜੇ ਦੇ ਕਰੀਬ, ਅਤੇ ਜਿੱਦਾਂ ਹੀ ਗੁਰਦਾਸਪੁਰ ਆਪਾਂ ਆਏ ਹਾਂ ਤਾਂ ਗੁਰਦਾਸਪੁਰ ਆਉਂਦਿਆਂ ਹੀ ਮੀਂਹ ਕਣੀ ਜੀ ਦਾ ਰੰਗ ਹੋ ਗਿਆ ਚਾਲੂ। ਅਵੇ ਤੁਹਾਡੇ ਸਾਹਮਣੇ ਦੇਖੋ ਮੌਸਮ ਕਿੱਦਾਂ ਦਾ, ਕਮ ਸੇ ਕਮ 11 ਦਾ ਟਾਈਮ ਹੋਣਾ ਹੁਣ ਤਾਂ ਧੁੱਪ ਦਾ ਨਾਮ ਨਿਸ਼ਾਨ ਨਹੀਂ, ਬਿਲਕੁਲ ਬੱਦਲ ਹੋਏ ਪਏ। ਹਾਏ ਪਾਣੀ ਰਾਤ ਹੈ ਖੜਾ। ਮੁੜ ਕੇ ਗੁਰਦਾਸਪੁਰ ਜਦੋਂ ਆਏ ਹਾਂ ਤਾਂ ਗੁਰਦਾਸਪੁਰ ਆਉਂਦਿਆਂ ਹੀ ਉੱਥੋਂ ਹੋ ਗਿਆ ਮੀਂਹ ਚਾਲੂ, ਅਤੇ ਕਣੀਆਂ ਮਾੜੀਆਂ ਮਾੜੀਆਂ ਹੋ ਗਈਆਂ ਚਾਲੂ। ਫਿਰ ਅੱਗੇ ਆਉਂਦਿਆਂ ਆਉਂਦਿਆਂ ਜਦੋਂ ਪਠਾਨਕੋਟ ਐਂਟਰ ਹੋਏ ਹਾਂ ਤਾਂ ਫਿਰ ਮੀਂਹ ਦੇ ਬਹੁਤ ਜ਼ੋਰ ਨਾਲ ਆਇਆ, ਅਤੇ ਜਿੱਥੇ ਮੈਂ ਇੱਥੇ ਪਹੁੰਚਣਾ ਸੀ ਕੋਈ 3 ਵਜੇ ਦੇ ਕਰੀਬ, ਤਾਂ ਮੈਨੂੰ ਇੱਥੇ ਆਉਂਦਿਆਂ ਆਉਂਦਿਆਂ 5-5:30 ਦਾ ਟਾਈਮ ਹੋ ਗਿਆ, ਕਿਉਂਕਿ ਮੀਂਹ ਜ਼ਿਆਦਾ ਹੋਣ ਕਾਰਨ ਪਹਾੜੀਆਂ ਤੋਂ ਦਲਦਲ ਜੀ ਆ ਗਈ, ਪੱਥਰ ਪੁੱਥਰ ਆ ਗਏ, ਅਤੇ ਇੱਕ ਅੱਗੇ ਟੈਂਪੂ ਫਸਿਆ ਸੀਗਾ। ਟੈਂਪੂ ਵਾਲੇ ਨੇ ਵੀ ਪਤੰਦਰ ਨੇ ਹੱਥ ਨਹੀਂ ਮਾਰ ਕੇ ਦੱਸਿਆ ਕਿ ਗਾੜੀ ਦਲਦਲ ਆ, ਅਤੇ ਮੈਂ ਕੱਢਣ ਲੱਗਾ ਸਾਈਡ ਦੀ ਅਤੇ ਮੇਰੀ ਗੱਡੀ ਵੀ ਉੱਥੇ ਫਸ ਗਈ। ਮੁੜ ਕੇ ਪਾਣੀ ਬਹੁਤ ਜ਼ੋਰ ਨਾਲ ਆ ਰਿਹਾ। ਫਿਰ ਅੱਧੀ ਰਾਤ ਨਾਲ ਇੱਕ ਹੋ ਰਹੀ ਮੇਰੇ ਗੱਡੀ, ਤਾਂ ਅਸੀਂ ਦੋਵਾਂ ਨੇ ਰਲ ਕੇ ਪੱਥਰ ਪੁੱਥਰ ਕੀਤੇ ਸਾਈਡ 'ਤੇ, ਅਤੇ ਗੱਡੀ ਚਲੋ ਬੈਗ ਤੁਰ ਪਈ ਅਤੇ ਬੈਗ ਕੱਢ ਕੇ, ਅਤੇ ਫਿਰ ਅਸੀਂ ਕੱਢ ਕੇ ਆਏ ਲਿਆਂਦੀ, ਅਤੇ ਗਾੜੀ ਆਉਂਦਿਆਂ ਆਉਂਦਿਆਂ 3-4 ਜਗ੍ਹਾ ਉਹੀ ਹਾਲ ਸੀ, ਫਿਰ ਇੱਕ ਅੱਗੇ ਗੱਡੀ ਫਸੀ ਹੋਈ, ਅਤੇ ਗੱਡੀ ਫਸੀ ਉਹ ਟਰੈਕਟਰ ਲਿਆ ਕੇ ਕਿਸੇ ਦਾ ਰਾਤ ਸਾਈਡ 'ਤੇ ਕੀਤੀ, ਅਤੇ ਫਿਰ ਰਾਹ ਥੋੜ੍ਹਾ ਬਣਿਆ ਚੱਲੇ, ਫਿਰ ਇੱਥੇ ਆਏ ਆਪਾਂ 5 ਵਜੇ। ਅਤੇ ਚਲੋ ਹੁਣ ਗੱਡੀ ਆਈ ਆ ਉਹ ਸਾਹਮਣੇ ਤੁਹਾਡੇ, ਅਤੇ ਮਾਲ ਬਸ ਕ੍ਰਾਸ ਹੋਣ ਗਿਆ ਵਾ। ਇੱਕ ਆਪਣੀ ਮੋਟਰ ਖਾਲੀ ਹੋ ਕੇ ਚਲ ਗਈ ਆ, ਅਤੇ ਬਸ ਆਪਣੀ ਮੋਟਰ ਹੁਣ ਆਉਂਦੀ ਖਾਲੀ। ਆਪਾਂ ਵੀ ਹੁਣ 2-3 ਘੰਟੇ ਸੌਂ ਕੇ ਉੱਠੇ ਹਾਂ, ਅਤੇ ਹੁਣ ਜਾ ਕੇ ਛਕਦੇ ਹਾਂ ਚਾਹ, ਅਤੇ ਫਿਰ ਅੱਗੇ ਤੁਹਾਨੂੰ ਵਲੌਗ ਦਿਖਾਵਾਂਗੇ, ਅੱਗੇ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਜਾਂਦੇ ਹਾਂ ਆਪਾਂ ਗੱਡੀ ਕਿੱਥੋਂ ਭਰਦੇ ਹਾਂ, ਕੀ ਹਿਸਾਬ ਕਿਤਾਬ, ਕਿੱਦਾਂ ਵਾ ਕ੍ਰੈਸ਼ਰਾਂ ਦਾ ਮਾਹੌਲ, ਕਿੱਦਾਂ ਛਕਦੇ ਹਾਂ ਆਪਾਂ ਚਾਹ। ਇੱਧਰਲੇ ਬੰਨੇ ਆਵੇ ਮੋਟਰ ਆਪਣੀ ਆਉਂਦੀ ਖਾਲੀ ਸਾਹਮਣੇ, ਬਹੁਤ ਖੜੀ ਨਾਲ ਗਦਰ ਮੂਵੀ ਵਾਲੀ ਗੱਡੀ ਵੀ ਖੜੀ ਹੋਈ ਹੈ। ਪੀ ਕੇ ਆਉਂਦੇ ਹਾਂ ਜੀ ਚਾਹ। ਬੱਦਲ ਫੇਰ ਬਹੁਤ ਹੋ ਗਿਆ, ਮੈਨੂੰ ਲੱਗਦਾ ਮੀਂਹ ਫੇਰ ਆ ਜੂਗਾ, ਭਰੋਸਾ ਕੋਈ ਨਹੀਂ ਗਾ ਮੀਂਹ ਦਾ, ਕਿ ਮੀਂਹ ਅੱਗੇ ਕਹਿੰਦਾ ਜ਼ੋਰ। ਆਪਣੇ ਅਜੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਮੀਂਹ ਬਹੁਤ ਘੱਟ ਆ, ਪਠਾਨਕੋਟ ਵੜਦਿਆਂ ਸਾਰੀ ਮੀਂਹ ਚਾਲੂ। ਪਹਿਲੇ ਚੱਕਰ ਵੀ ਆਏ, ਪਿਛਲੇ ਚੱਕਰ ਦਿਨੇ 8 ਵਜੇ ਮੀਂਹ ਪੈ ਗਿਆ, ਐਰਕੀ ਰਾਤ ਹੀ 3 ਵਜੇ ਘੇਰ ਲਿਆ। ਹੋਰ ਠੀਕ ਠਾਕ ਜੀ? ਚਾਹ ਬਣਾ ਦਿਓ ਇੱਕ ਨਾਲ ਦਾ, ਅੱਗੇ ਪੀ ਗਿਆ ਕਿ ਚੱਲ ਗਿਆ ਉੱਦਾਂ ਹੀ? ਅੱਛਾ ਠੀਕ। ਆਹੋ 3-4 ਜਗ੍ਹਾ ਵਾ ਨਾ, ਮਹਾਂ ਹੀ ਕੱਢ ਕੇ ਲਿਆਏ ਗੱਡੀ। ਰਾਤ ਜੀ ਪਠਾਨਕੋਟ ਮੀਂਹ ਪੈ ਰਿਹਾ 3 ਵਜੇ, ਅਤੇ ਪਾਣੀ ਦਾ ਰੋਡ ਦੇਖੋ ਕਿੰਨਾ ਜ਼ਿਆਦਾ। ਪਠਾਨਕੋਟ ਜਦ ਵੀ ਆਈਏ ਮੀਂਹ ਪੈ ਹੀ ਜਾਂਦੇ ਆ, ਕਿ ਬਰਸਾਤਾਂ ਪੂਰੀਆਂ ਚਾਲੂ ਹੱਟੀਆਂ ਗਈਆਂ। ਲਓ ਜੀ ਚਾਹ ਪੀ ਕੇ ਆ ਗਿਆ, ਆਉਂਦਿਆਂ ਨੂੰ ਗੱਡੀ ਹੋ ਗਈ ਸੀ ਖਾਲੀ, ਦੁਬਾਰਾ ਤੁਰ ਪਿਆ ਕਿਉਂਕਿ ਪੱਧਰ ਬਹੁਤ ਜ਼ਿਆਦਾ ਆ ਗਿਆ, ਇਹਦੇ ਤੁਰਦਿਆਂ ਤੁਰਦਿਆਂ ਫਿਰ ਮੀਂਹ ਆ ਹੀ ਗਿਆ। 10-15 ਕਿਲੋਮੀਟਰ ਦਾ ਏਰੀਆ ਜਿਹੜਾ ਖਰਾਬ ਗਿਆ, ਮਾਂ ਨਿਕਲ ਜਾਈਏ ਰਾਤ, ਸਾਨੂੰ ਉਹ ਜਗ੍ਹਾ ਵਿਖਾਉਣਾ ਜਿੱਥੇ ਰਾਤ ਗੱਡੀ ਫਸ ਗਈ। ਹਾਂ
ਜਗ੍ਹਾ ਜੀ ਰਾਤੀ ਜਿੱਥੇ ਗੱਡੀ ਅਸੀਂ ਬੜੇ ਜੋਰ ਨਾਲ ਗੱਡੀ ਸਾਰੇ ਚਲੋ ਹੁਣ ਵਿੱਚ ਸੀ ਨੇ ਪੱਧਰਾ ਕਰਤਾ ਬਹੁਤ ਦਰਦਾ ਸੀ ਇੱਥੇ ਵਧੀਆ ਆ ਗਏ ਇੱਥੇ ਆਪਣੇ ਆਪ ਸਾਈ ਕਰੇ ਕਹਿੰਦਾ ਇੱਥੇ ਹੁਣ ਆਊਗਾ ਤਾਂ ਫਿਰ ਜਾਂਦੇ ਹਾਂ ਗੱਡੀ ਭਰਨ ਮੁੰਡੇ ਤੋਂ ਗੱਡੀ ਭਰ ਗਈ ਤੇ ਗੱਡੀ ਭਰ ਕੇ ਤੁਰੇ ਆ ਤਾਂ ਰੋਡ ਚ ਪਤਾ ਨੀ ਕਿਹੜੇ ਵੇਲੇ ਡੰਗਰਾਂ ਦੇ ਇਧਰਲੇ ਬੰਨੇ ਆਪਣੇ ਛਾਉਣੀ ਆ ਫਿਰ ਬੱਦਲ ਜਿਹੇ ਹੋਏ ਆ ਮੌਸਮ ਬਹੁਤ ਸਾਫ ਹੈ ਆਪਣਾ ਬ੍ਰਿਜ ਪਠਾਨਕੋਟ ਜਿਹੜਾ ਸਿੱਧਾ ਹਿਮਾਚਲ ਨੂੰ ਨਿਕਲ ਜਾਂਦਾ ਤੇ ਪਠਾਨਕੋਟ ਸਿਟੀ ਸਾਰੀ ਇੱਧਰਲੀ ਸਾਈਡ ਲੈ ਜਾਂਦੀ ਤਾਈਓ ਆਏ ਫਿਰ ਉੱਥੋਂ ਕੇ ਹੁਣ ਇਹਨਾਂ ਚਾਲੂ ਕਰਨਾ ਬਸ ਸ਼ਾਮ ਦਾ ਵੇਲਾ ਆ ਗਿਆ ਹੁਣ ਬਸ ਲਾਈਟਾਂ ਲੱਗ ਗਈਆਂ ਵਾ ਚਾਹ ਪੀ ਗਏ ਤੇ ਹੁਣ ਆਹੋ ਜਾਣ ਕੇ ਹੀ ਗਏ ਹੁਣ ਨਿਕਲਦੇ ਹਾਂ ਲਾਈਟਾਂ ਲੱਗ ਗਈਆਂ ਹਨੇਰਾ ਹੋ ਗਿਆ ਤੇ ਤੁਰੇ ਹੁਣ ਬਿਲਕੁਲ ਹਨੇਰਾ ਹੋ ਗਿਆ ਲਾਈਟਾਂ ਜਿਹੀਆਂ ਲੱਗ ਗਏ ਅੱਗੇ ਹੁਣ ਡੱਕਾਂਗੇ ਕਿਤੇ ਟੈਰ ਟੱਪਾ ਵੇਖ ਕੇ ਤੇ ਗੱਪਾ ਪਾਣੀ ਲਾਵਾਂਗੇ ਤੇ ਹਾਂਜੀ ਹੋਟਲ ਆ ਗਿਆ ਜੀ ਹੋਟਲ 'ਤੇ ਮਾਰੀ ਬ੍ਰੇਕ ਅਤੇ 9:30 ਦਾ ਟਾਈਮ ਹੋ ਚੁੱਕਿਆ ਰਾਤ ਦਾ ਟੈਰ ਟੱਪਾ ਵੇਖ ਕੇ ਅਤੇ ਆਪਾਂ ਚੱਲੇ ਹੁਣ ਹੋਟਲ 'ਤੇ ਹੋਟਲ 'ਤੇ ਹੱਥ ਧੋ ਕੇ ਸਾਬਣ ਨਾਲ ਵਧੀਆ
ਫਿਰ ਸਬਜ਼ੀ ਵੇਹਣੇ ਆ ਕਿਹੜੀ ਆ, ਅਤੇ ਸਬਜ਼ੀ ਲਵਾ ਕੇ ਫਿਰ ਖਾਵਾਂਗੇ ਰੋਟੀ। ਅਤੇ ਆਪਾਂ ਸੇਊ ਭਾਜੀ ਬੋਲੀ ਆ, ਸੇਊ ਭਾਜੀ ਬਹੁਤ ਵਧੀਆ ਲਾਉਂਦੇ ਆ, ਤੁਹਾਡੇ ਸਾਹਮਣੇ ਆ ਗਈ ਸੇਊ ਭਾਜੀ। ਹੁਣ ਖਾ ਕੇ ਰੋਟੀ ਅਤੇ ਟਿਕਾਂਗੇ। ਅਤੇ ਅੱਜ ਦੇ ਵਲੋਗ 'ਚ ਜੀ ਇੰਨਾ ਹੀ। ਜੇ ਵਲੋਗ ਚੰਗਾ ਲੱਗਾ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ।